स्टूडेंट्स गुड मॉर्निंग सो टुडे वी विल स्टार्ट आवर नेक्स्ट चैप्टर ओवरव्यू ऑफ जावा लैंग्वेज हां जी ਇਹਦੇ ਇੰਟਰੋਡਕਸ਼ਨ ਦੇ ਵਿੱਚ ਦੇਖੋ ਜਿਹੜੀ ਆਪਾਂ ਇਹ ਜਾਵਾ ਹੈਗੀ ਜਨਰਲ परपस ऑब्जेक्ट ओरिएंटेड लैंग्वेज ਹੈਗੀ ਹੈ ਅੰਕੇ ਤਾਂ ਦੋ ਤਰ੍ਹਾਂ ਦੇ ਪ੍ਰੋਗਰਾਮਸ ਬਣਾ ਸਕਦੇ ਆ ਇਹਦੇ ਮੈਨੂੰ ਜਿਹੜਾ ਪੇਜ ਕਲਿੱਕ ਕੀਤਾ ਹੈਗਾ ਕਲੀਅਰ ਨਹੀਂ ਹੈਗਾ ਤੁਸੀਂ ਆਪਣੀ ਬੁੱਕ ਚੋਂ ਦੇਖ ਲਿਓ ਏ ਫਰਸਟ ਪੀਸ ਜਿਹੜਾ ਹੈਗਾ ਦੋ ਤਰ੍ਹਾਂ ਦੇ ਬਣਾ ਸਕਦੀ ਹੈਗੇ ਆ ਪ੍ਰੋਗਰਾਮਸ ਇੱਕ ਤਾਂ ਸਟੈਂਡਲੋਨ ਐਪਲੀਕੇਸ਼ਨ ਯਾਨੀ ਜਿਹੜੇ ਤੁਹਾਡੇ ਕੰਪਿਊਟਰਸ ਦੇ ਉੱਤੇ ਤੁਸੀਂ ਪ੍ਰੋਗਰਾਮ ਚਲਾਣੇ ਹੋ ਤੇ ਇਹ ਦੂਜਾ ਵੈਬ ਐਪਲੀਕੇਟ ਜਿਹੜਾ ਇੰਟਰਨੈਟ ਤੇ ਚਲਾਣੇ ਹੋ ਤੇ ਉਸ ਬਾਅਦ ਜਿਵੇਂ ਆਪਾਂ ਕੋਈ ਵੀ ਪ੍ਰੋਗਰਾਮ ਲਿਖਦੇ ਹੁੰਨੇ ਹੈਗੇ ਆ ਉਹਨੂੰ ਕੰਪਾਈਲ ਕਰਦੇ ਆ ਤੇ ਇਹਦੇ ਵਿੱਚ ਪਹਿਲਾਂ ਵੀ ਦੱਸਿਆ ਹੋਇਆ ਹੈ ਵੀ ਪਹਿਲਾਂ ਕੀ ਹੈ ਕੰਪਾਈਲਿੰਗ ਕਰਨ ਤੋਂ ਬਾਅਦ ਜਿਹੜਾ ਕਿ ਜਾਵਾ ਸੀ ਨਾਲ ਕੰਪਾਈਲ ਕਰਦੇ ਆ ਆਪਾਂ ਬਾਈਟ ਕੋਡਸ ਜਨਰੇਟ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਉਹ ਵਾਈਟ ਕੋਡਸ ਨੇ ਉਹ ਰਨ ਕਰਨ ਵਾਸਤੇ ਆਪਰ ਨੂੰ ਜਾਵਾ ਇੰਟਰਪ੍ਰੀਟਰ ਦੀ ਜ਼ਰੂਰਤ ਪੈਂਦੀ ਹੈਗੀ ਹੈ ਤੇ ਹੁਣ ਬੇਟਾ ਦੇਖੋ ਤੁਸੀਂ ਸੋਮਵਾਰ ਆਈ ਰਹੇ ਹੋ ਸਾਰੇ ਜਨੇ ਇਹ ਸਭ ਲਈ ਕੰਪਲਸਰੀ ਹੈ ਆਪਣੇ ਫਾਰਮਸ ਆਕੇ ਤੁਸੀਂ ਫਿਲ ਕਰਕੇ ਜਾਓ ਠੀਕ ਹੈ ਤੇ ਜਦ ਤੁਸੀਂ ਹੁਣ ਕਾਲਜ ਆਉਂਗੇ ਤਾਂ ਮੈਂ 10 ਵਜੇ ਤੁਹਾਡਾ ਸਭ ਦਾ ਲੈਕਚਰ ਲਵਾਂਗੀ ਠੀਕ ਹੈ ਜਿਹਦੇ ਵਿੱਚ ਫਿਰ ਆਪਾਂ ਲੈਕਚਰ ਲੈਣ ਤੋਂ ਬਾਅਦ ਤੁਹਾਡਾ ਇੱਕ ਪ੍ਰੋਗਰਾਮ ਵੀ ਤੁਹਾਨੂੰ ਰਨ ਕਰਕੇ ਦਿਖਾਉਂਗੀ ਜਿੱਦ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਵੀ ਜਾਵਾ ਦੇ ਪ੍ਰੋਗਰਾਮਸ ਰਨ ਕਿਵੇਂ ਹੁੰਦੇ ਨੇ ਤੇ ਇਹ ਹੈਗਾ ਆਪਣਾ ਸਟੈਂਡਲੋਨ ਐਪਲੀਕੇਸ਼ਨ ਵੀ ਪਹਿਲਾਂ ਪ੍ਰੋਗਰਾਮ ਲਿਖਿਆ ਸੋਰਸ ਕੋਡ ਫਿਰ ਉਹਦੇ ਬਾਅਦ ਉਹਨੂੰ ਕੰਪਾਈਲ ਕੀਤਾ ਜਾਵਾ ਸੀ ਨਾਲ ਤੇ ਬਾਅਦ ਚ ਉਹਨੂੰ ਰਨ ਕਰਨ ਵਾਸਤੇ ਆਪਾਂ ਨੂੰ ਜਾਵਾ ਇੰਟਰਪ੍ਰੀਟਰ ਦੀ ਜ਼ਰੂਰਤ ਪਈ ਹੈ ਉਹ ਜਿਹੜਾ ਜਾਵਾ ਸੀ ਜਾਵਾ ਇੰਟਰਪ੍ਰੀਟਰ ਹੈ ਉਹ ਬਾਈਟ ਕੋਡ ਨੂੰ ਰਨ ਕਰਦਾ ਹੈ ਤੇ ਉਸ ਤੋਂ ਬਾਅਦ ਆ ਗਿਆ ਦੂਜਾ ਐਪਲੇਟ ਇਹ ਕੀ ਹੈ ਦੇ ਆਰ ਵੈਰੀ ਸਮਾਲ ਪ੍ਰੋਗਰਾਮਸ ਡਿਵੈਲਪਡ ফর ਇੰਟਰਨੈਟ ਐਪਲੀਕੇਸ਼ਨਸ ਜਦ ਇੰਟਰਨੈਟ ਐਪਲੀਕੇਸ਼ਨਸ ਵਾਸੇ ਇੰਟਰਨੈਟ ਐਪਲੀਕੇਸ਼ਨਸ ਸੇ ਐਚਟੀਐਮਐਲ ਦੀ ਲੈਂਗੁਏਜ ਯੂਜ਼ ਹੁੰਦੀ ਹੈ ਜਦ ਇੰਟਰਨੈਟ ਦੇ ਵਿੱਚ ਐਚਟੀਐਮਐਲ ਦੀ ਲੈਂਗੁਏਜ ਯੂਜ਼ ਹੁੰਦੀ ਹੈ ਤਾਂ ਇਸ ਲਈ ਐਪਲੇਟ ਜਿਹੜਾ ਹੈਗਾ ਉਹਨੂੰ ਐਚਟੀਐਮਐਲ ਦੇ ਵਿੱਚ ਪਾਉਣ ਵਾਸਤੇ ਆਪਾਂ ਨੂੰ ਐਪਲੇਟ ਟੈਗ ਦੀ ਜ਼ਰੂਰਤ ਪੈਂਦੀ ਹੈ हूँ अगले देखो डायग्रमैटिकली दिखाया हो पहला सोर्स कोड हो गया सोर्स कोड के कंपाइल करके जे तो कंप्यूटर से स्टैंडलोन एप्लीकेशन वागू चलेगा चल फिर तो जावा इंटरप्रेटर ना देखो आउटपुट आ जाएगी जावा इंटरप्रेटर ना इंटरपरेट होकर आउटपुट आ जाएगी बट अगर आपको इंटरनेट पर चलाना है तो उन्होंने आप टी एम एल पाना पच टी एम एल वाला जरा पेज है जावा इनेबल्ड वैब ब्राउजर रन करेगा और आउटपुट उत्थ आ जाएगी नीचे देखो एक सिंपल जहाँ प्रोग्राम है ਜੀ ਰਹੀ ਹੈ ਗਿਆ ਕਲਾਸ ਸੈਂਪਲ 1 ਇਹਦੇ ਵਿੱਚ ਮੇਨ ਮੈਥਡ ਮੇਨ ਮੈਥਡ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਹੈ ਜਿਹੜੀ ਕਿ ਸੀ ਦੇ ਵਿੱਚ ਤੁਸੀਂ ਪ੍ਰਿੰਟਫ ਕਰਦੇ ਸੀਗੇ ਉਹ ਇਹਦੇ ਵਿੱਚ ਕੀ ਆਊਗਾ ਸਿਸਟਮ ਡਾਟ ਆਊਟ ਡਾਟ ਪ੍ਰਿੰਟ ਲਨ ਇਹਦੇ ਵਿੱਚ ਕੀ ਪ੍ਰਿੰਟ ਕਰੂਗਾ ਜਾਵਾ ਇਸ ਬੈਟਰ ਦੈਨ ਸੀ ਪਲੱਸ ਪਲੱਸ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਕਲਾਸ ਦੀ ਡਿਕਲੇਰੇਸ਼ਨ ਹੋਈ ਹੋਈ ਹੈ पेज जगह पोर्ट्रेट ना हो के लैंडस्केप है तो प्लीज़ डू कोपरेट है ना क्योंकि को तो तो बुक सब हैगी है या उन्हों अपने मोबाइल नीचे टर्न तो ओवर कर लो है ना इस तो इस जी कलास डेन हैगी है, पहली लाइन च आता है उसपनिंग तो ब्रेस आ जाती है फिर मेन लाइन आ जाती मेन जी लाइन हैगी देखो कि लिखा हुआ पब्लिक सैटिकवाइड मेन जिसे पब्लिक का मतलब की है भी ये ਜਿਹੜਾ ਤੁਹਾਡਾ ਮੈਥਡ ਹੈ مین ਮੈਥਡ ਹੈ ਉਹ ਕਿਤੇ ਵੀ ਐਕਸੈਸ ਹੋ ਸਕਦਾ ਤਾਂ ਪਬਲਿਕ ਹੀ ਹੈ ਐਕਸੈਸ ਸਪੈਸੀਫਾਇਰ ਹੈ ਜਿਹੜਾ ਕਿ ਅਨਪ੍ਰੋਟੈਕਟਿਡ ਮਤਲਬ ਅਨਪ੍ਰੋਟੈਕਟਿਡ ਦਾ ਮਤਲਬ ਇਹ ਨਹੀਂ ਹੈਗਾ ਵੀ ਇਹਦਾ ਮਤਲਬ ਸਿਰਫ ਇਹ ਹੈ ਕਿ ਕੋਈ ਵੀ ਇਹਨੂੰ ਐਕਸੈਸ ਕਰ ਸਕਦਾ ਹੈ ਇਸ ਲਈ ਅਨਪ੍ਰੋਟੈਕਟਿਡ ਹੈ ਕਿਉਂਕਿ ਪਬਲਿਕ ਤਾਂ ਇੱਕ ਓਪਨ ਸਕੋਪ ਹੁੰਦਾ ਹੈਗਾ ਸਟੈਟਿਕ ਹੈਗਾ ਵੀ ਇਹ ਇਹ ਬਿਨਾ ਆਬਜੈਕਟ ਦੇ ਹੀ ਕਾਲ ਹੋ ਜਾਊਗਾ ਮੈਥਡ ਤੇ ਦੂਜਾ ਅਤੀਜਾ ਹੈਗਾ ਵੋਇਡ ਵੋਇਡ ਦਾ ਮਤਲਬ ਹੈਗਾ ਕਿ ਮੇਨ ਮੈਥਡ ਕੁਝ ਰਿਟਰਨ ਨਹੀਂ ਕਰ ਰਿਹਾ ਹੈਗਾ ਫਿਰ ਉਸ ਤੋਂ ਬਾਅਦ ਹੈਗੀ ਹੈ ਆਊਟਲਾਈਨ ਦੀ ਲਾਈਨ ਕਿਰੀ ਸਿਸਟਮ ਦਾ ਰਾਉਟ .ਪ੍ਰਿੰਟ ਲਨ ਇਹਦੇ ਵਿੱਚ ਸਿਸਟਮ ਜਿਹੜੀ ਹੈਗੀ ਹੈ ਤੁਹਾਡਾ ਉਹ ਇੱਕ ਕਲਾਸ ਜਿਹਦਾ ਵਿੱਚ ਕੀ ਹੈ ਇੱਕ ਆਬਜੈਕਟ ਹੈ ਆਊਟ ਠੀਕ ਹੈ ਔਰ ਉਹਦੇ ਵਿੱਚ ਇੱਕ ਮੈਥਡ ਹੈ ਪ੍ਰਿੰਟ ਲਨ ਜਿਹੜਾ ਇੱਕ ਲਾਈਨ ਨੂੰ ਪ੍ਰਿੰਟ ਕਰਦਾ ਤੇ ਵਿੱਚ ਲਿਖਿਆ ਹੋਇਆ ਦੇਖੋ प्रिंट एल एंड मैथड इज ए मैंबर ऑफ द आउट ऑब्जेक्ट विच इज द स्टैटिक मैंबर ऑफ सिस्टम क्लॉस फिर वो बच्च देखो एक और प्रोग्राम दिता हुआ है देखो और import java.lang.math ਉੱਪਰ ਦਾ ਕਮੈਂਡ ਸੀ ਨੇ ਉਹ ਤਾਂ ਰਨ ਹੋਣੀ ਨਹੀਂ ਤਾਂ ਵੈਸੀ ਲਿਖਿਆ ਹੋਇਆ ਕਿ ਇਨਫਾਰਮੇਸ਼ਨ ਦੇਣ ਵਾਸਤੇ ਵੀ ਸਕੁਅਰ ਰੂਟ ਦਾ ਪ੍ਰੋਗਰਾਮ ਬਣਾ ਰਹੇ ਆ ਆਪਾਂ ਇਹ ਤੇ ਇਹਦੇ ਵਿੱਚ ਦੇਖੋ java. ਜਿਹੜਾ lang.math ਹੈ ਇਹ ਇੱਕ ਪੈਕੇਜ ਹੈ ਜਿਵੇਂ ਇੱਕ ਫੋਲਡਰ ਹੁੰਦਾ ਉਹਵੇਂ ਇਹ ਪੈਕੇਜ ਹੈ java ਦੇ ਪੈਕੇਜ ਦੇ ਵਿੱਚ lang ਦਾ ਪੈਕੇਜ ਹੈ ਜਿਹੜਾ ਪਿਛਲੇ ਚੈਪਟਰਸ ਕੀਤਾ ਸੀ ਆਪਾਂ ਪੈਕੇजेस और वीची का क्लास है मैथ देखो क्लास बनाई हैगी एक नाम स्केयर रूट रखता मैथड uh, है मेन और दो एक डबल जिंद एक्सी वैली फाइव है एक डबल वाई तो वाई के स्केर रूट रह रहे हैं क्या? मैथ डॉट स्केयर रूट क्योंकि मै uh, स्केयर रूट एक स्टैटिक मैथड है तो मैथ ऑबजेक्ट uh, नहीं बनना है ओबजेक्ट नहीं बनना तो इसलिए मैथ द क्लास के नाल ही स्केयर रूट वाला मैथड कॉल किया गया और एक्स यानी फाइव वह फाइव का जरा एक स्केयर रूट क्ड के कि y ਚਾ ਕਹ ਤੇ ਨੀਚੇ ਦੇਖੋ ਉਹਦੀ ਆਉਟਪੁੱਟ ਆ ਗਈ y 2.2360 7 ਠੀਕ ਹੈ ਔਰ ਇਹ ਹੋ ਗਿਆ ਤੁਹਾਡਾ ਮੈਥ ਦਾ ਫੰਕਸ਼ਨ ਕਿਵੇਂ ਯੂਜ਼ ਕਰਦੇ ਨੇ ਤੇ ਕਮੈਂਟਸ ਤਾਂ ਤੁਹਾਨੂੰ ਪਤਾ ਹੀ ਹੈ ਜੇ ਸਿੰਗਲ ਲਾਈਨ ਕਮੈਂਟ ਹੁੰਦਾ ਹੈ ਦਾ ਡਬਲ ਸਲੈਸ਼ ਨਾਲ ਹੁੰਦਾ ਹੈ ਜੇ ਮਲਟੀਪਲ ਲਾਈਨ ਆ ਹੋ ਹੁੰਦਾ ਕਮੈਂਟਸ /ਐਸਟ੍ਰਿਕ اور ਐਸਟ੍ਰਿਕ ਸਲੈਸ਼ ਨਾਲ ਐਂਡ ਹੁੰਦਾ ਇਹਦੇ ਵਿੱਚ ਦੇਖੋ ਦੋ ਕਲਾਸਾਂ ਬਣਾਈਆਂ ਹੋਈਆਂ ਨੇ ਇੱਕ ਕਲਾਸ ਰੂਮ ਹੈ ਜਿਹਦੇ ਵਿੱਚ ਲੈਂਥ ਬ੍ਰੈਥ ਲੈ ਕੇ ਇੱਕ ਮੈਥਡ ਹੈ ਗੈਟ ਡਾਟਾ ਜਿਹਦੇ ਵਿੱਚ ਦੋ ਆਰਗੂਮੈਂਟਸ ਆ ਰਹੇ ਨੇ ਏ ਤੇ ਬੀ ਏ ਨੂੰ ਲੈਂਥ ਚ ਪਾਤਾ ਵੀ ਨੂੰ ਬ੍ਰੈਥ ਚ ਪਾਤਾ ਉਸ ਤੋਂ ਬਾਅਦ ਰੂਮ ਏਰੀਆ ਰੂਮ ਏਰੀਆ ਦੇ ਵਿੱਚ ਇੱਕ ਮੈਥਡ ਹੈ ਕਾ ਮੇਨ ਮੈਥਡ ਜਿਹਦੇ ਵਿੱਚ ਇੱਕ ਆਪਾਂ ਨੇ ਵੇਰੀਏਬਲ ਲਿਤਾ ਏਰੀਆ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨੇ ਰੂਮ ਉੱਪਰ ਜਿਹੜੀ ਕਲਾਸ ਹੈ ਉਹਦਾ ਆਬਜੈਕਟ ਬਣਾਇਆ ਰੂਮ ਰੂਮ 1 ਇਕੁਅਲ ਟੂ ਨਿਊ ਰੂਮ ਇਹਨਾਂ ਆਬਜੈਕਟ ਬਣ ਗਿਆ ਹੁਣ ਇਹਦੇ ਵਿੱਚ ਆਪਾਂ ਨੇ ਜਿਹੜੀ ਵੈਲਿਊਜ਼ ਦੇਣੀਆਂ ਨੇ ਇਹਦਾ ਗੈਟ ਡਾਟਾ ਮੈਥਡ ਆਪਾਂ ਕਾਲ ਕੀਤਾ ਰੂਮ 1.ਗੈਟ ਡਾਟਾ ਉਹਦੇ 14 ਤੇ 10 14 ਤੇ ਕਮਾ 10 ਜਿਹੜਾ ਉੱਪਰ ਦੇਖੋ ਇਹਦੇ ਵਿੱਚ 14 ਚਲਾ ਗਿਆ ਔਰ ਬੀ ਦੇ ਵਿੱਚ 10 ਚਲਾ ਗਿਆ ਹੁਣ ਇੱਥੇ ਲੈਂਥ ਨੂੰ ਕੀ 14 ਮਿਲ ਗਿਆ ਤੇ ਬ੍ਰੈਥ ਨੂੰ 10 ਮਿਲ ਗਿਆ ਉਹ ਉਹਦੇ ਵੀ نیچے ਦੇਖੋ ਏਰੀਆ ਇਕੁਅਲ ਟੂ ਲੈਂ ਰੂਮ ਡਾਟ ਲੈਂਥ ਇੰਟੂ ਰੂਮ ਡਾਟ ਰੂਮ 1 ਡਾਟ ਬ੍ਰੈਥ ਯਾਨੀ 14 ਇੰਟੂ 10 ਕਿੰਨਾ ਹੋ ਗਿਆ 140 ਹੋ ਗਿਆ 140 ਜਿਹੜਾ ਹੈਗਾ ਉਹਦੀ ਆਉਟਪੁੱਟ ਜਿਹੜੀ ਹੈਗੀ ਆ ਉਹ ਆ ਚੇਗੀ ਰੂਮ ਏਰੀਆ ਚ نیچے ਦੇਖੋ ਇਹ ਤੁਹਾਡਾ ਹੈਗਾ ਜਾਵਾ ਦਾ ਸਟਰਕਚਰ ਜਾਵਾ ਪ੍ਰੋਗਰਾਮ ਜਿਹੜਾ ਸਟਰਕਚਰ ਹੈਗਾ ਉਹਦੇ ਵਿੱਚ ਡਾਕੂਮੈਂਟ ਸੈਕਸ਼ਨ ਸੁਜੈਸਟਡ ਹੈ ਵੀ ਦੇ ਦਿਓ ਹੈ ਨਾ ਕਮੈਂਟਸ ਦੇ ਵਿੱਚ ਲਿਖ ਦਿਓ ਵੀ ਇਹ ਕਿਸ ਕੰਮ ਆਉਂਦਾ ਹੈਗਾ ਇਹ ਪ੍ਰੋਗਰਾਮ ਆਪਣਾ ਕਿਉਂ ਬਣਾਇਆ ਹੈ ਪੈਕੇਜ ਟ੍ਰੀਟਮੈਂਟ ਆਪਸ਼ਨਲ ਹੈ ਇੰਪੋਰਟ ਆਪਸ਼ਨਲ ਹੈ ਇੰਟਰਫੇਸ ਕਲਾਸ ਡੈਫੀਨੇਸ਼ਨ ਇਹ ਸਾਰੀਆਂ ਚੀਜ਼ਾਂ ਆਪਸ਼ਨਲ ਹੈ ਫਾਈਨਲੀ ਜੇਰੀ ਇੱਕ ਕਲਾਸ ਆਪਾਂ ਨੂੰ ਚਾਹੀਦੀ ਚਾਹੀਦੀ ਹੈ ਉਹ ਵਾਲੀ ਕਲਾਸ ਮੈਂਸ਼ਨ ਕਰ ਦਿਓ ਔਰ ਉਹਦੇ ਵਿੱਚ ਮੇਨ ਮੈਥਡ ਇੱਕ ਤਾਂ ਕਲਾਸ ਤੁਹਾਡੀ ਪ੍ਰੋਗਰਾਮ ਚ ਐਟਲੀਸਟ 1 ਕਲਾਸ ਹੋਣੀ ਜ਼ਰੂਰੀ ਹੈ ਠੀਕ ਹੈ तो हो गया थडा तो डॉक्यूमेंट सैक्शन फिर हो गया पैकेज जिमें आप पिछले प्रोग्राम से जावा डॉट लैंड डॉट मैथ वाला पैकेज हाँ जी हम नैक्सट है तो इंपोर्ट स्टेटमेंट अगर आपने कोई पैकेज या कोई क्लास इंपोर्ट करनी है किसी पैकेज तो ਤਾਂ ਉਹ ਆਪਾਂ ਇੰਪੋਰਟ ਕਰ ਸਕਦੇ ਆ ਇਹ ਸਾਰੇ ਟੌਪਿਕਸ ਆਪਾਂ ਇੱਕ ਇੱਕ ਕਰਕੇ ਡਿਟੇਲ ਚ ਆਪਣੇ ਨੈਕਸਟ ਚੈਪਟਰਸ ਚ ਕਰਾਂਗੇ ਇੰਟਰਫੇਸ ਇਹ ਵੀ ਆਪਾਂ ਚੈਪਟਰ 10 ਚ ਕਰਾਂਗੇ ਕਲਾਸ ਡੈਫੀਨੇਸ਼ਨ ਉਹ ਤੁਹਾਨੂੰ ਆਈ ਸਮਝਾਈ ਦਿੱਤੀ ਆਪਾਂ ਦੋ ਪ੍ਰੋਗਰਾਮ ਕਰ ਚੁੱਕੇ ਇੱਕ ਜਿਹਦੇ ਚ ਇੱਕ ਕਲਾਸ ਸੀਗੀ ਦੂਜਾ ਜਿਹਦੇ ਚ ਦੋ ਕਲਾਸੇ ਸੀਗੀਆਂ ਤੇ ਇਹ ਹੈਗੇ ਕਲਾਸ ਜਿਹੜੀ ਜੇ ਮੈਂ ਪਿਛਲੇ ਵਾਰ ਆਪਾਂ ਰੂਮ ਕੀਤੀ ਐ ਤੇ ਦੂਜੀ ਆਪਾਂ ਬੈਡਰੂਮ ਵਾਲੀ ਮੇਨ ਮੈਥਡ ਵਾਲੀ ਕਲਾਸ ਸੀ ਠੀਕ ਹੈ ਤੇ ਇਹਦੇ ਨਾਲ ਆਪਣਾ ਹੀ ਅੱਜ ਦਾ ਟਾਪਿਕ ਕੰਪਲੀਟ ਹੁੰਦਾ ਹੈ ਅਗਰ ਕੋਈ ਪ੍ਰੋਬਲਮ ਹੈ ਮੈਨੂੰ ਪੁੱਛ ਲਿਓ ਤੇ ਇਹ ਜਿਹੜੇ ਬੇਟਾ ਅਸਾਈਨਮੈਂਟਸ ਤੁਸੀਂ ਮੈਨੂੰ ਸੈਟਰਡੇ ਤੱਕ ਸਬਮਿਟ ਕਰਵਾ ਦਿਓ ਓਕੇ ਬਾਏ